ਨਮਸਕਾਰ ਖਬਰਾਂ ਦੇ ਸੁਬਹਟਿਨ ਵਿੱਚ ਤੁਹਾਡਾ ਸਵਾਗਤ ਹੈ ਮਹਿਰਮਾ ਸ਼ੰਕਰ ਪਹਿਲਾ ਪੇਸ਼ ਨੇ 94 ਖਬਰਾਂ ਰਾਜ ਮੰਤਰੀ ਰਾਏਨਾਥ ਸਿੰਘ ਨੇ ਫਿਕੀ ਦੀ 95ਵੀਂ ਸਾਲਾਨਾ ਬੈਠਕ ਨੂੰ ਕੀਤਾ ਸੰਬੋਧਨ ਕਿਾ ਕੀ ਭਾਰਤ ਵਿਸ਼ਵ ਦੀ ਭਲਾਈ ਲਈ ਸੁਪਰ ਪਾਵਰ ਬਣਨਾ ਚਾਹੁੰਦਾ ਹੈ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅਨੁਸਾਰ ਆਉਣ ਵਾਲਾ ਕੇਂਦਰੀ ਬਜਟ ਭਾਰਤ ਨੂੰ ਅਗਲੇ 25 ਸਾਲਾਂ ਲਈ ਤਿਆਰ ਕਰੇਗਾ ਕੇਂਦਰੀ ਯੁਵਾ ਮਾਮਲਿਆਂ ਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਵੱਲੋਂ ਐਨ ਆਈ ਐਸ ਪਟਿਆਲਾ ਦਾ ਦੌਰਾ 300 ਖਿਡਾਰੀਆਂ ਦੀ ਸਮਰੱਥਾ ਵਾਲੇ ਨਵੇਂ ਹੋਸਟਲ ਦਾ ਕੀਤਾ ਉਦਘਾਟਨ ਐਫ ਆਈਏ ਕ ਮੈਲਾ ਨੇਸ਼ਨਸ ਕੱਪ ਹਾਕੀ ਮੁਕਾਬਲੇ ਦੇ ਫਾਈਨਲ ਵਿੱਚ ਅੱਜ ਬੈਲੈਂਸੀਆ ਵਿੱਚ ਭਾਰਤ ਦਾ ਮੁਕਾਬਲਾ ਸਪੇਨ ਨਾਲ ਇਹਨ ਖਬਰਾਂ ਵਿਸਤਾਰ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਵਿਸ਼ਵ ਭਲਾਈ ਲਈ ਸੁਪਰ ਪਾਵਰ ਬੰਨਾ ਚਾਹੁੰਦਾ ਹੈ ਉਹ ਅੱਜ ਨਵੀਂ ਦਿੱਲੀ ਵਿੱਚ ਫਿੱਕੀ ਦੀ 95ਵੀਂ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਕੇ ਹੀ ਭਾਰਤ ਵਿਸ਼ਵ ਦੀ ਸੁਪਰ ਪਾਵਰ ਬਣ ਸਕਦਾ ਹੈ ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੀ ਦੇਸ਼ ਤੇ ਹਾਵੀ ਨਹੀਂ ਹੋਣਾ ਚਾਹੁੰਦਾ ਤੇ ਇਸ ਦਾ ਕਿਸੇ ਵੀ ਦੇਸ਼ ਦੀ 1 ਇੰਚ ਧਰਤੀ ਵੀ ਪ੍ਰਾਪਤ ਕਰਨ ਦਾ ਕੋਈ ਇਰਾਦਾ ਨਹੀਂ ਹੈ ਵਿਕਸਿਤ ਭਾਰਤ ਦਾ ਨਿਰਮਾਣ ਔਰ ਇਹ ਇੱਕ ਐਸਾ ਸੰਕਲਪ ਹੈ ਜਿਉਂ ਮੈਂ ਮੰਨਤਾ ਹੂੰ ਕਿ ਬਿਨਾ पूरा किए हुए भारत विश्व की महाशक्ति नहीं बन सकता लेकिन मैं विनम्रता पूर्वक निवेदन करना चाहूंगा कि यदि मैं यहां पर सुपर पावर और महाशक्ति की बात कर रहा हूं तो इसका अर्थ यह भी नहीं लगाना चाहिए कि हम दुनिया के दूसरे देशों पर डोमिनेट करना चाहते हैं अथवा दुनिया के किसी देश की एक इंच जमीन पर कब्जा करने की हमारी मंशा है यदि हम सुपर पावर बनना चाहते हैं विश्व की महाशक्ति बनना चाहते हैं तो विश्व कल्याण के लिए क्योंकि हम भारत की उस संस्कृति में विश्वास करते हैं जिस संस्कृति ने हमको संदेश दिया है वसुधैव कुटुंबकम का होल वर्ल्ड इज अ फैमिली पूरा विश्व ही हमारा यह भारत यह परिवार है ਰੱਖਿਆ ਮੰਤਰੀ ਨੇ ਕਿਹਾ ਕਿ 2014 ਵਿੱਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਉਸ ਵੇਲੇ ਦੇਸ਼ ਵਿਸ਼ਵ ਦੀ ਨੌਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਸੀ ਅਤੇ ਅਰਥਚਾਰੇ ਦਾ ਆਕਾਰ 2 ਟ੍ਰਿਲੀਅਨ ਡਾਲਰ ਸੀ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀ ਅਰਥ ਵਿਵਸਥਾ ਵਿਸ਼ਵ ਵਿੱਚ ਪੰਜਵੇਂ ਸਥਾਨ ਤੇ ਹੈ ਅਤੇ ਅਰਥ ਵਿਵਸਥਾ ਦਾ ਆਕਾਰ 3.5 ਟ੍ਰਿਲੀਅਨ ਡਾਲਰ ਹੋ ਗਿਆ ਹੈ। ਮਾਰਗਨ ਇਸਟੇਨਲੀ ਨੇ ਇੱਕ ਸ਼ਬਦ ਦੀ ਰਚਨਾ ਕੀਤੀ ਅਤੇ ਉਸਮੇਂ ਕਿਹਾ تھا ਉਹਨੇ ਫਰੇਜਾਈਲ ਫਾਈਵ यानी दुनिया के वे पांच देश जिनकी अर्थव्यवस्था बुरी तरह से लड़खड़ा रही थी और इसी फ्रेजाइल फाइव में हमारा भारत भी शामिल था आज नौ साल के बाद मित्रों तो आप भी कॉन्फिडेंस के साथ कह सकते हैं कि अब हमारा भारत फ्रेजाइल फाइव की कैटेगरी से निकलकर अब फेबुलस फाइव में आकर खड़ा हो गया पिछले दिनों ही मार्गन स्टेनले के मैनेजिंग डायरेक्टर चेतन नहिया ने फाइनेंशियल टाइम्स में एक लेख लिखा जिसमें उन्होंने एक ग्लोबल इकोनॉमिक आउटलुक दिया है उस लेख में कहा कि ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸਿਤਾਰਮਨ ਨੇ ਕਿਹਾ ਇਹ ਕਿ ਆਉਣ ਵਾਲਾ ਕੇਂਦਰੀ ਬਜਟ ਭਾਰਤ ਨੂੰ ਅਗਲੇ 25 ਸਾਲਾਂ ਲਈ ਤਿਆਰ ਕਰੇਗਾ ਫਿੱਕੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲਾ ਬਜਟ ਪਹਿਲਾਂ ਪੇਸ਼ ਕੀਤੇ ਕਿ ਬਜਟਾਂ ਵਾਂਗ ਹੀ ਹੋਵੇਗਾ ਉਨ੍ਹਾਂ ਨੇ ਸੰਤ ਨੂੰ ਅਗੀਆਂ ਰਣਨੀਤੀਆਂ ਤੇ ਕੰਮ ਕਰਨ ਲਈ ਕਿਹਾ ਹੈ ਤਾਂ ਜੋ ਵਿਕਸਤ ਦੇਸ਼ ਪੱਛਮ ਵਿਚਾਰੇ ਮੰਦੀ ਦੇ ਮੱਦੇਨਜ਼ਰ ਉਤਪਾਦਨ ਲਈ ਕਾਰੋਬਾਰ ਲਈ ਭਾਰਤ ਨੂੰ ਇੱਕ ਸਰੋਤ ਵਜੋਂ ਦੇਖਣ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਈ ਤਰ੍ਹਾਂ ਦੀਆਂ ਸਹੂਲਤਾਂ ਲਿਆਂਦੀਆਂ ਨੇ ਤਾਂ ਜੋ ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਸੰਤਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜੋ ਭਾਰਤ ਵਿੱਚ ਆਪਣੇ ਉਦਯੋਗ ਲਗਾਉਣਾ ਚਾਹੁੰਦੇ ਨੇ ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਵਿਸ਼ਵ ਵਿੱਚ ਸਭ ਤੋਂ ਤੇਜ਼ ਚੱਲਣ ਵਾਲਾ ਅਰਥਚਾਰਾ ਹੈ ਅਤੇ ਵਿਦੇਸ਼ੀ ਨਿਵੇਸ਼ਕ ਇਸ ਦਾ ਲਾਭ ਉਠਾ ਸਕਦੇ ਨੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਰਾਜ ਮੰਤਰੀ ਨਿਸ਼ਿਤ ਪ੍ਰਮਾਣਿਕ ਦੇ ਨਾਲ ਪਟਿਆਲਾ ਵਿਖੇ ਸਪੋਰਟਸ ਆਫ ਇੰਡੀਆ ਨੇਤਾਰੀ ਸੁਪਾਸ਼ ਰਾਸ਼ਟਰੀ ਖੇਡ ਸੰਸਥਾਨ ਐਨ ਆਈ ਐਸ ਦਾ ਦੌਰਾ ਕੀਤਾ ਇਸ ਮੌਕੇ ਤੇ ਉਹਨਾਂ ਨੇ 300 ਬਿਸਤਰਿਆਂ ਵਾਲੇ ਇੱਕ ਨਵੇਂ ਹੋਸਟਲ ਦਾ ਉਦਘਾਟਨ ਕੀਤਾ ਜਿਸ ਤੇ ਤਕਰੀਬਨ 27 ਕਰੋੜ ਰੁਪਏ ਦੀ ਲਾਗਤ ਆਈ ਦੋਮਾ ਮੰਤਰੀਆਂ ਨੇ ਉਹਗੇ ਹਾਕੀ ਖਿਡਾਰੀ ਮੇਜਰ ਧਿਆਨ ਚਾਹੁੰਦਾ ਤੇ ਦੌੜਾਕ ਪੀਟੀ ਗੋਸ਼ਾਂ ਨੂੰ ਸਮਰਪਿਤ ਦੋ ਹੌਸਲੇਦਾਰ ਵਿਕਾਟਨ ਕੀਤਾ ਜਿਨ੍ਹਾਂ ਦੇ ਨਵੀਨੀਕਰਨ ਅਤੇ ਅਪਗ੍ਰੇਡੇਸ਼ਨ ਤੇ ਤਕਰੀਬਨ 5 ਕਰੋੜ ਰੁਪਏ ਖਰਚੇ ਗਏ ਨੇ ਇਸ ਮੌਕੇ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੁਣਾਂ ਕਿਹਾ ਕਿ ਸਾਡੇ ਇੱਥੇ 12ਵੀਂ ਤੋਂ ਬਾਅਦ ਖਿਡਾਰੀ ਖੇਡ ਛੱਡ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਅੱਗੇ ਦਾ ਰਾਹ ਨਹੀਂ ਦਿਖਦਾ ਅਸੀਂ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਪੱਧਰ ਤੇ ਖੇਡਾਂ ਦੀ ਸਹੂਲਤ ਬਣੇ ਤਾਂ ਕਿ ਖਿਡਾਰੀ ਖੇਡ ਸਕਣ ਉਹਨਾਂ ਨੇ ਕਿਹਾ ਕਿ ਆਨਲਾਈਨ ਟ੍ਰੇਨਿੰਗ ਹੋਵੇ ਅਤੇ ਜਿਸ ਨੂੰ ਬੱਚੇ ਇੱਕ ਵੀਡੀਓ ਰਾ पटियाला को एक पत्र तैयार करना चाहिए और पैसे ज्यादा का खर्चा इन सुविधाओं पर एनआईएस पटियाला में आया है जिससे खिलाड़ियों को सुविधाएं भी मिलेगी रहने की खेलने की देश के खिलाड़ियों के लिए कोचेस के लिए एक हब बना है एनआईएस पटियाला और हमारा प्रयास है कि एनआईएस एनआईएस पटियाला की सुविधाएं और बढ़ती जाएं कोर्सेज और बढ़ते जाएं और रिफ्रेशर कोर्स भी देश भर के कोचिज के हों ताकि कई वर्ष पहले जिन्होंने कोचिंग सीखी उनको और वापस अपग्रेड अपस्किल दोनों किया जाए रिस्किल किया जाए ਕੇਂਦਰੀ ਮੰਤਰੀ ਨੇ 600 ਤੋਂ ਵੱਧ ਐਥਲੀਟਾਂ ਦੇ ਸਿਖਿਆਰਤਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ਤੇ ਧਿਆਨ ਕੇਂਦ੍ਰਿਤ ਕਰਦੇ ਰਹਿਣ ਅਤੇ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਨਵਾਂ ਪ੍ਰਦਰਸ਼ਨ ਵਿਸ਼ਲੇਸ਼ਣ ਕੋਰਸ ਵੀ ਲਾਂਚ ਕੀਤਾ ਜੋ ਕਿ NSNIS ਪਟਿਆਲਾ ਵਿਖੇ ਪੇਸ਼ ਕੀਤੇ ਜਾਣ ਵਾਲੇ ਆਕਾਦਮਿਕ ਕੋਰਸਾਂ ਵਿੱਚ ਸਭ ਤੋਂ ਨਵਾਂ ਕੋਰਸ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਘੇਰਦਿਆਂ ਕਿਹਾ ਕਿ ਡੋਕਲਾਮ ਘਟਨਾ ਦੌਰਾਨ ਵੀ ਰਾਹੁਲ ਗਾਂਧੀ ਨੂੰ ਚੀਨੀ ਅਧਿਕਾਰੀਆਂ ਨਾਲ ਸੂਪ ਪਿੰਦੇ ਆ ਵੇਖਿਆ ਗਿਆ ਜਦੋਂ ਕਿ ਭਾਰਤੀ ਸੈਨਾ ਚੀਨੀ ਸੈਨਾ ਨਾਲ ਲੜ ਰਹੀ ਸੀ ਉਹਨਾਂ ਨੇ ਕਿਹਾ ਕਿ ਜਦੋਂ ਭਾਰਤੀ ਸੈਨਾ ਸਰਜੀਕਲ ਸਟ੍ਰਾਈਕ ਕਰ ਰਹੀ ਸੀ ਤਾਂ ਵੀ ਉਹਨਾਂ ਨੇ ਇਸ ਤੇ ਸਵਾਲ ਉਠਾਏ ਸੀ ਹਕੀਕਤ ਇਹ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਸਾਡੀ ਸੈਨਾ ਤੇ ਭਰੋਸਾ ਨਹੀਂ ਹੈ ਰਾਹੁਲ ਗਾਂਧੀ ਜੀ ਦੇ ਬਿਆਨ ਪਰ ਮੈਨੂੰ ਕੋਈ ਜ਼ਿਆਦਾ ਹੈਰਾਨੀ ਨਹੀਂ ਹੁੰਦੀ ਲੇਕਿਨ बार-बार ਇਹ ਦਿਖਾਤਾ कि जब डोकलाम की घटना भी हुई तब भी राहुल गांधी जी किसी और के साथ नहीं चाइनीज अधिकारियों के साथ सू पीते नजर आए जबकि भारतीय सेना के जवान अतिक्रमण करने वाले चीन के सैनिकों के साथ लोहाते नजर आए जब भा... ਪੰਜਾਬ ਦੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਗੁਰਮੀਤ ਸਿੰਘ ਮੀਤਿਹਰ ਨੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੀ ਕਾਇਆਕਲਪ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਨਵੀਆਂ ਮਸ਼ੀਨਾਂ ਦੀ ਖਰੀਦ ਕਰਕੇ ਸਾਰੇ ਸਰਕਾਰੀ ਵਿਭਾਗਾਂ ਤੇ ਆਧਾਰਿਆਂ ਦੀ ਛਪਾਈ ਦਾ ਕੰਮ ਸਰਕਾਰੀ ਪ੍ਰੈਸ ਤੋਂ ਕਰਨਾ ਯਕੀਨੀ ਬਣਾਇਆ ਜਾਵੇ। ਚੰਡੀਗੜ੍ਹ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਮੀਤਿਹਰ ਨੇ ਕਿਹਾ ਕਿ ਆਧੁਨਿਕਤਾ ਦੇ ਦੌਰ ਵਿੱਚ ਪ੍ਰਿੰਟਿੰਗ ਦੀਆਂ ਨਵੀਆਂ ਤਕਨੀਕਾਂ ਆਉਣ ਨਾਲ ਨਵੀਂ ਮਸ਼ੀਨਰੀ ਸਮੇਂ ਦੀ ਲੋੜ ਹੈ। ਇਸ ਲਈ ਵਿਭਾਗ ਨਵੀਆਂ ਤਕਨੀਕ ਦੀਆਂ ਮਸ਼ੀਨਾਂ ਦੀ ਖਰੀਦ ਕਰੇ, ਪਟਿਆਲਾ ਅਤੇ ਐਸਏਐਸ ਨਗਰ ਸਥਿਤ ਸਰਕਾਰੀ ਪ੍ਰੈਸ ਦਾ ਨਵੀਨੀਕਰਨ ਕੀਤਾ ਜਾਵੇ। ਉਹਨ ਕਿ ਚਪਾਈ ਦਾ ਮਿਆਰ ਉੱਚਾ ਚੁੱਕਣ ਲਈ 1 ਕਰੋੜ 40 ਲੱਖ ਰੁਪਏ ਦੀ ਰਾਸ਼ੀ ਨਾਲ ਮਲਟੀ ਕਲਰ ਡਿਜੀਟਲ ਮਸ਼ੀਨਾਂ ਅਤੇ ਆਫਸੈਟ ਮਸ਼ੀਨਾਂ ਖਰੀਦੀਆਂ ਜਾਣ ਅਗਲੇ ਬਜਟ ਸੈਸ਼ਨ ਵਿੱਚ ਹੋਰ ਨਵੀਆਂ ਆਧੁਨਿਕ ਮਸ਼ੀਨਾਂ ਖਰੀਦੀਆਂ ਜਾਣ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਤੇਜ ਦੇ ਹੋਰ ਨਾਲ ਸੂਬਿਆਂ ਵਿੱਚ ਜਿੱਥੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਬਿਹਤਰ ਕੰਮ ਕਰ ਰਹੇ ਨੇ ਉੱਥੋਂ ਦੀ ਪ੍ਰਣਾਲੀ ਦਾ ਅਧਿਐਨ ਕਰਕੇ ਬਿਹਤਰ ਮਾਡਲ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਪੰਜਾਬ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਔਰਤਾਂ ਦੀ ਅਗਵਾਈ ਵਾਲੇ ਪਰਿਵਾਰਾਂ ਦੇ ਸਸ਼ਕਤੀਕਰਨ ਲਈ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਲਾਗੂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਆਂਗਣਵਾੜੀ ਵਰਕਰਾਂ ਵੱਲੋਂ ਸੂਬੇ ਵਿੱਚ ਔਰਤਾਂ ਦੀ ਅਗਵਾਈ ਵਾਲੇ ਪਰਿਵਾਰਾਂ ਦਾ ਸਰਵੇ ਕੀਤਾ ਜਾ ਰਿਹਾ ਹੈ। ਔਰਤਾਂ ਦੀ ਅਗਵਾਈ ਵਾਲੇ ਪਰਿਵਾਰਾਂ ਦੇ 1,45,000 ਤੋਂ ਵੱਧ ਲਾਪਾਤਰੀਆਂ ਦਾ ਡਾਟਾ ਐਮ ਸੇਵਾ ਐਪ ਤੇ ਅਪਲੋਡ ਕੀਤਾ ਜਾ ਚੁੱਕਾ ਹੈ। ਰੋਪੜ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਿਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਅੱਜ ਸ਼ੁਰੂ ਹੋ ਗਿਆ ਹੈ। ਗੁਰਦੁਆਰਾ ਗੁਰੂਗੜ ਸਦਾਵਰਤ ਸਾਹਿਬ ਰੋਪੜ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢੇ ਗਏ ਨਗਰ ਕੀਰਤਨ ਦੇ ਨਾਲ ਇਹ ਸ਼ਹੀਦੀ ਜੋੜ ਮੇਲਾ ਸ਼ੁਰੂ ਹੋਇਆ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਪੱਠਾ ਸਾਹਿਬ ਵਿਖੇ ਪਹੁੰਚਿਆ। ਇਹ ਸ਼ਹੀਦੀ ਜੋੜ ਮੇਲਾ ਅੱਜ ਤੋਂ ਸ਼ੁਰੂ ਹੋ ਕੇ ਉન્નਿਤ ਸੰਮਰਤਾਕ ਮਨਾਇਆ ਜਾਵੇਗਾ ਇਤਿਹਾਸਿਕ ਗੁਰਦੁਆਰਾ ਪੱਠਾ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੀਆਂ ਪੈੜਾ ਦੀ ਛੋ ਨਾਲ ਸ਼ਾਂਤ ਹੋਏ ਪੱਟੇ ਦੇ ਇਤਿਹਾਸਿਕ ਥਾਨ ਤੇ ਸਥਿਤ ਹੈ ਹਰ ਸਾਲ ਨਾਨਕਸ਼ਾਈ ਸੰਵਤ ਤੇ 2 3 4 ਪੂਨੋਂ ਇੱਥੇ ਜੋੜ ਮੇਲਾ ਭਰਦਾ ਹੈ ਜਿਸ ਵਿੱਚ ਇਲਾਕੇ ਅਤੇ ਬਾਹਰ ਦੀਆਂ ਸੰਗਤਾਂ ਨਤਮਸਤਕ ਹੁੰਦੀਆਂ ਨੇ FIH ਮੈਲਾਨੇਸ਼ੀਅਨਸ ਕੱਪ ਹਾਕੀ ਮੁਕਾਬਲੇ ਦੇ ਫਾਈਨਲ ਵਿੱਚ ਅੱਜ ਵੈਲੈਂਸੀਆ ਵਿੱਚ ਭਾਰਤ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ ਭਾਰਤ ਦੀ ਟੀਮ ਕੱਲ ਰਾਤ ਆਇਰਲੈਂਡ ਨੂੰ ਪੈਨਲਟੀ ਸ਼ੂਟਆਊਟ ਰਾਹੀਂ 2-1 ਨਾਲ ਹਰਾ ਕੇ ਫਾਈਨਲ ਵਿੱਚ ਪੁੱਜੀ ਆਇਰਲੈਂਡ ਵੱਲੋਂ ਨਾਵੋਮੀ ਨੇ 14ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਟੀਮ ਨੂੰ ਬੜਾ ਦਵਾਈ ਪਰ ਭਾਰਤ ਦੀ ਉਦਿਤਾ ਨੇ 44ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਬਰਾਬਰ ਕਰ ਲਿਆ ਨਿਰਧਾਰਤ ਸਮੇਂ ਵਿੱਚ ਦੋਵੇਂ ਟੀਮਾਂ ਇੱਕ ਇੱਕ ਨਾਲ ਬਰਾਬਰ ਤੇ ਸਨ ਫੈਸਲਾ ਸ਼ੂਟਆਊਟ ਦੇ ਜ਼ਰੀਏ ਹੋਇਆ ਗੋਲ ਕੀਪਰ ਸविता ਪੂਨੀਆ ਨੇ ਪੈਨਲਟੀ ਸ਼ੂਟਆਊਟ ਵਿੱਚ ਕਈ ਵਾਰ ਗੋਲ ਹੋਣ ਤੋਂ ਰੋਕਿਆ ਅਤੇ ਭਾਰਤ ਨੂੰ ਇਹ ਸ਼ਾਨਦਾਰ ਜਿੱਤ ਦਿਵਾਨ ਵਿੱਚ ਮਦਦ ਕੀਤੀ ਨਵਨੀਤ ਕੌਰ ਨੂੰ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ ਖਬਰਾਂ ਦੇ ਬੁਲਟਨ ਸਾਡੇ ਦਰਸ਼ਕਾਂ ਆ ਰਹੇ ਨੇ ਜੀ ਡੀਡੀ ਕੇ ਜਲੰਧਰ ਤੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ னா ಪந்த स्का.